ਚਲੋ ਗਾਇਸ ਚੱਕ ਲਿਆ ਆਪਣਾ ਮੋਟਰਸਾਈਕਲ ਵਿਚਾਰਾ ਇਹ ਵੀ ਅੱਜ ਗੰਦਾ ਹੋ ਜਾਊਗਾ ਚਲੋ ਚੱਲਦੇ ਆ ਕਿਨਾ ਗਾਇਸ ਹੁਣ ਅਸੀਂ ਚੱਲੇ ਆ ਪਹਿਲਾਂ ਕੁਲਵੀਰ ਲਵੇ ਉਹ ਹੈਗਾ ਚੱਕ ਪਿੰਡ ਦਾ ਉਹਨੂੰ ਲਵੇੜਦੇ ਆ ਫਿਰ ਆਪਾਂ ਇੱਕ ਹੋਰ ਲਵੇ ਜਾਣਾਗਾ ਜਸ਼ਨ ਕੋਲੇ ਉਹਨੂੰ ਵੀ ਲਵੇੜਾਂਗੇ ਸਾਰਿਆਂ ਨੂੰ ਸਰਪ੍ਰਾਈਜ਼ ਹੀ ਦੇਣਾ ਘਰੇ ਜਾ ਕੇ ਉਹਨੂੰ ਪਤਾ ਦੇਗਾ ਨਾਲ ਦੱਸ ਤਾ ਉਹ ਸਾਰਾ ਹੀ ਦੱਸਿਆ ਵੀ ਆਪਾਂ ਹੋਲੀ ਖੇਡਦੇ ਆ ਤਾਂ ਕੁਛ ਉਹ ਕਹਿੰਦਾ ਉਹਨੂੰ ਐ ਪਤਾ ਲੱਗ ਗਿਆ ਵੀ ਆਪਾਂ ਇਕੱਠੇ ਆ ਵੀ ਪਤਾ ਨਹੀਂ ਕਿੱਥੇ ਹੈ ਹੈ ਕਵਰ ਪਾ ਲਈ रोक लोकने चक दो जी कम बाले ना बाले ना लाओ आप हजे दो बंद लपेटना गेट खोलूगा जटला जटला सारे नहीं ओ जटला ओ सीगा ओ सो गेट ला ले ओए खड़ा गा आया बारे ओ आ जा आ जा ओ नहीं लपेट दे बाला ही लपेट दे आजा ना बेचारे ना माड़ी हो गई बाल्टी पानी दी पा गया ज्यादा ने बाल्टी के की मेनू आ जाई तुरंत अच्छा मैं उठ के परे हो गया ओ दे ओ दे कोई ना बाजदा नहीं पुत फड़ लिया इधर मुंडा ते हुनर भी आ गया कल नहीं आया ओ नहीं आउंदा हैगा आ देखो ओ चकना क्यों आ देख ले ओ चाकी ले चले ओए हैप्पी होली ओ ना रंग लाउणा भी रंग पानी पानी नहीं पहला रंग ओ ऐ नहीं ओ मेनू आ रंग फड़ा यार फड़ाई 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 फड़ा 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 फड़ाई बस बस ओए आया प्यार ना प्यार ना प्यार ना अलग गई रंग हाँ राम रेड कलर कितों कढ लैने यार मैनू फड़ा फड़ा यार एक मेरे तो इन क्या फड़ाता ओ मारे ले फोड़ नहीं अन्ना और फिर की हाल ओनू भी कढ के लियाओ हुण डरदा क्यों आया ओनू भी लपेट दे कोई ना गाइस साडी टीम च हुण पंज बंदे हो चुके ने हौली हौली जुड़दी जा रहे आ गाइस ओ मुंडे नूं तां असीं लपेटता ते हुण असीं इक होर लवे चलेंगे ओनू लपेटदे आ चल के ते ओहदा करदे आ कांड जा ओहदा मैनूं फोन आया कहिंदा आया आपां चलीए होली मनाईए ओहदे नाल ही ओहदे कोल ही चलदे आ हुण ओनू ओहदे नाल मनाउणे आ होली तां पहुंच गए कुलवीर दे जिहड़ा सिंगर हैगा ਤੁਸੀਂ ਮੇਰੇ ਪਹਿਲਾਂ ਵਲੌਗਾਂ 'ਚ ਦੇਖਿਆ ਹੀ ਹੋਊਗਾ ਉਹਨੂੰ ਸਿੱਟਦੇ ਆ ਉਹ ਭੱਜ ਕੇ ਅੰਦਰ ਭੱਗ ਗਿਆ ਨਾ ਉਹ ਬਾਲਟੀ ਬੁਲਟੀ ਨਾ ਭਰ ਲਿਆਵੇ ਪਾਣੀ ਦੀ ਕਿੱਥੇ ਮੈਨੂੰ ਗਿਆ ਉਹ ਕਿੱਥੇ ਨੂੰ ਗਿਆ ਉਹ ਚੱਕ ਉਹ ਮੇਰੇ ਤੇ ਨਾ ਪਾਈ ਪਾਣੀ ਯਾਰ हाँ देखो ले ले देखो देखो ओए सटला सटला बाल्टी फाड़ लै तो ओ निकलिया बारे ओ रंग पाओ ए दे उधर देख ओ रंग पाओ रंग रंग कित्थे आ ओ टेलो रंग तेन रंग बिरंगा करिए तेन तो दिखा दे मूह आपका आ है कुलवीर तुम देख सकते हो पछाण च नहीं आता हूं चप्पला चुप्पला लभ ला मेरे ते क्यों यार दस डॉक्टर आए डॉक्टर को चलते हैं इधर ही ने सीगे भाई आ जा ओए रंग लाउणा अज तां इहने असीं तां इहनूं लपेटणा आ हां हां समार के समार के समार के समार के आ चक ओ रंग तां लाओ यार इहदे रंग नहीं लाया समार के ओए 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 ओ भज्जण नहीं देना
ਕਿੱਥੇ ਆ ਉਹ ਓਏ ਓਏ ਆ ਦੇ ਓਏ 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 ਯੈਲੋ ਮੁੰਡੇ ਆ ਜੋਤ ਸਿਰਾ ਹੋ ਗਿਆ ਓਏ ਤੂੰ ਸਾਨੂੰ ਜੁਆਇਨ ਕਰੇਗਾ ਜਾਂ ਨਹੀਂ ਅਸੀਂ ਸਾਰਿਆਂ ਨੂੰ ਪਿਉਂਦੇ ਜਾਂਦੇ ਆ ਅਸੀਂ ਜੱਸੇ ਕੋਲ ਜਾਣਾ ਉਹ ਬਸ ਕਹਿਲੇ ਉਹ ਜੱਸੇ ਲਈ ਤਾਂ ਰੱਖ ਲੈਂਦਾ ਆਏ ਹਾਏ ਆ ਸਿਰਾ ਹੋ ਗਿਆ ਜਿਹਦੇ ਕੋਲ ਪੈਸੇ ਸੀਗੇ ਰੰਗ ਬਰੰਗੇ ਕਰਤੇ ਪਹਿਲੀ ਚਲਾ ਆਉਂਦਾ ਵੀ ਹੈ ਨਾ ਸਮਾਨ ਲੈ ਲੈਂਦਾ ਜਿਹੜਾ ਲੈਣਾ ਸੀ ਤਾਂ ਭੁੱਲ ਗਿਆ ਮੈਂ ਚੱਲ ਕੋਈ ਨਾ ਫੇਰ ਟ੍ਰੈਨਸ ਕਾ ਲੈਣੇ ਆ 200 ਦਾ ਆ ਚੱਲਣਾ ਹੁਣ ਉਹ ਰੰਗ ਬਰੰਗਾ ਗਾ ਚੱਲੂਗਾ ਉਹਨੂੰ ਹੁਣ ਆਪਾਂ ਜੱਸੇ ਕੋਲ ਚੱਲਦੇ ਆ ਉਹਨੂੰ 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 ਜਾ ਕੇ ਉਹ ਕਰਦੇ ਆ ਲਾਲੂ ਕਲਾਲ ਗਾਈਜ਼ ਹੁਣ ਆਪਾਂ ਚੱਲਿਆਂਗੇ ਜਸ਼ਨ ਕੋਲੇ ਕੁਲਵੀਰ ਨੂੰ ਤਾਂ ਲਪੇੜਤਾ ਵਾਰ ਵਾਰ ਨਾ ਕਹਿੰਦਾ ਮੇਰੀ ਬੂਤੀ ਤੁਰਗਾ ਚਲੋ ਚੱਲਦੇ ਆਗੇ ਆਪਾਂ ਉਹ ਕੁਛ ਨੀ ਬਹਿ ਜੋ ਲੈ ਦੱਸ ਚਲੋ ਮੈਂ ਤਾਂ ਬਹਿ ਗਿਆ ਅੜੀ ਅੱਛਾ ਅੱਛਾ ਉਹ ਗਿਆ ਵੀ ਰੰਗ ਲਾਉਣ ਕੁੱਤੇ ਵੀ ਨੇ ਪੁੱਤ ਅੰਦਰ ਹੋਰ ਖੁੱਲੇ ਛੱਡੇ ਹੁਣ ਕਾ ਜਾਣਗੇ ਕੌਣ ਜੱਸਾ ਕਿੱਥੇ ਆ ਪਤਾ ਵੀ ਲੱਗਿਆ ਓਏ 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 ਗ੍ਰੀਨ ਮੁੰਡੇ ਜਮੇ ਟਰੈਕਟਰ ਨਾਲ ਦਾ ਪੀਲਾ ਤੇ ਹਰਾ ਕਰਤਾ ਜਾਉਂਡੀਅਰ ਨਾਲ ਦਾ ਦੇਖੋ ਬਸ ਮੂੰਹ ਨੀ ਧੋਈ ਜਾਂਦਾ ਆ ਜਾ ਵੀਰੇ ਆ ਜਾ ਥੋੜਾ ਥੋੜਾ ਹਾਂ ਬਸ ਸਮਾਰ ਕੇ ਯੈਲੋ ਯੈਲੋ ਹੋ ਗਿਆ ਇੱਕ ਹਰਾ ਕਰਤਾ ਇੱਕ ਪੀਲਾ ਕਰਤਾ ਆਹੋ ਚੱਕਿਆ ਵਰਗਾ ਕਰਤਾ ਭਰ ਲੈਨੇ ਆ ਅਮੈਰੀਕਨ ਬੁੱਲੀ ਆ ਲਾਲ ਰੰਗ ਜਾ ਤੇ ਇਹਦੇ ਲੱਗਿਆ ਹੋਇਆ ਤੇ ਉਹਦੇ ਲੱਗਿਆ ਹੋਇਆ ਇਹ ਜਿਹੜਾ ਲਾਲ ਰੰਗ ਹੈ ਪੱਕਾ ਗਾ ਥੋੜਾ ਜਿਹਾ ਬਾਕੀ ਤਾਂ ਲੈ ਜਾਂਦੇ ਹੋਰ ਹੁਣ ਇਹ ਤਾਂ 2-4 ਦਿਨ ਰਹੂਗਾ ਹੁਣ ਹੁਣ ਇਹਦੀ ਵਾਰੀ ਆ ਗਈ ਔਲ ਚ ਸਿੱਟਣ ਦੀ ਇਹਨੂੰ ਇਹਦੀ ਔਲ ਚ ਸਿੱਟਾਂਗੇ ਇਧਰੋਂ ਸਿੱਟਦੇ ਆ ਇਧਰੋਂ ਓਏ ਆਰਾਮ ਨਾਲ ਓਏ ਜਿਹੜੀ ਸੱਟ ਨਾ ਲੱਗੇ ਆਰਾਮ ਨਾਲ ਸਿੱਟਿਓ ਆਰਾਮ ਨਾਲ ਓ ਓ ਗ੍ਰੀਨ ਆ ਗ੍ਰੀਨ ਆ ਮਾਰਿਆ ਚੱਕ ਕੇ ਔਲ ਚ ਤਨਵੀਰ ਤਾਂ ਬਾਹਲੀ ਦੂਰ ਆ ਤਨਵੀਰ ਤਾਂ ਬਾਹਲੀ ਦੂਰ ਆ ਕੁੱਪ ਨੇੜੇ ਆ ਤਨਵੀਰ ਸੱਟ ਯਾਰ ਗੋਰ ਗਿਆ ਗੁੱਡੀ ਚੇਂਜ ਕਰਤੀ ਗੁੱਡੀ ਸਿੰਪਲ ਜੀ ਸੀ ਦੋ ਲੈਣ ਵਾਲੀ ਸੀ ਥੋੜੇ ਜਿਹੇ ਟਾਇਰ ਚੌੜੇ ਕਰਤੇ ਸੋਹਣੇ ਲੱਗਣ ਲੱਗ ਗਏ ਗਾਈਜ਼ ਹੁਣ ਅਸੀਂ ਚੱਲੇ ਆਏ ਕੁੱਪ ਉੱਥੇ ਹੈਗਾ ਇੱਕ ਮੁੰਡਾ ਉਹਨੂੰ ਵੀ ਲਪੇੜ ਦਾਂਗਾ ਗਾਈਜ਼ ਸਾਡੇ ਕੋਲ ਰੰਗ ਖਤਮ ਹੋ ਗਿਆ ਸੀ ਹੁਣ ਅਸੀਂ ਰੰਗ ਲੈਣ ਆਏ ਤੇ ਇਸ ਤੋਂ ਬਾਅਦ ਫਿਰ ਉਹਦੇ ਕੋਲ ਚੱਲਦੇ ਆਗੇ ਲਪੇੜਾਂਗੇ ਉਹਨੂੰ ਚੱਲ ਕੇ ਨਾ ਇੰਦਰ ਮੂੰਹ ਦਿਖਾ ਦੇ ਯਾਰ ਮਾੜਾ ਜਿਹਾ ਕਮੇਰ ਉਹ ਸਾਰਿਆਂ ਨੀ ਲਾ ਇਹਦੇ ਵੀ ਲਾਓ ਇਹਦੇ ਵੀ ਲਾਓ ਦੁਬਾਰੇ ਲਾਓ ਇਹਦੇ ਜਸੇ ਨੂੰ ਲਵੇੜੋ ਸਤਿ ਸ਼੍ਰੀ ਅਕਾਲ ਜੀ ਬਸ ਆ ਜਾਏਗਾ ਕੱਲ ਨੂੰ ਵੀਡੀਓ ਚ ਹੁਣ ਬਸ ਕਰੋ
ਤੁਨਾ ਨਹੀਂ ਲੋੜ ਫਲ ਫਲ ਇੱਕ ਇਹਨੂੰ ਫਲ ਇਹਨੂੰ ਫਲ ਫਲ ਇਹਨੂੰ ਫੜੋ ਉਹਨੂੰ ਫੜੋ ਉਹ ਪਾਣੀ ਨਾ ਲੈ ਕੇ ਆਈ ਪਾਣੀ ਨਾਲ ਨਹੀਂ ਤੇ ਫਿਰ ਬਾਏ ਅਸੀਂ ਚੱਲੇ ਆਂਗੇ ਹੁਣ ਘਰ ਨੂੰ ਤੇ ਤੁਹਾਡੇ ਨਾਲ ਬੈਠਾ ਮੈਂ ਗਾਈਜ਼ ਨਾ ਤੋ ਕੇ ਮੈਂ ਮੋਟਰ ਤੇ ਆ ਗਿਆ ਹੁਣ ਤੇ ਠੰਡੇ ਵੀ ਲਿਆ ਸਾਰਿਆਂ ਨੂੰ ਇੱਕ ਇੱਕ ਬੰਨ ਦਿੰਦੇ ਹਾਂ ਅਤੇ ਬਾਕੀ ਗੁਰੀ ਵੀਰਾ ਆਹ ਟਰੈਕਟਰ ਚਲਾਉਣ ਲੱਗਾ ਆ ਤਵੀਆਂ ਵਾਲਾ ਅਤੇ ਆ ਲਓ ਆ ਜਾਓ ਜੀ ਰੋਕੋ ਰੋਕੋ ਮੈਂ ਚਲਾਉਣਾ ਹੈਗਾ ਤੁਸੀਂ ਆਹ ਠੰਡੇ ਵਰਤਾ ਦਿਓ ਨਾਲੇ ਆਪ ਪੀ ਲਿਓ ਆਹ ਮੇਰਾ ਇੱਕ ਦੇ ਦਿਓ ਉੱਧਰ ਵੀ ਵੰਡਿਆ ਮੈਂ ਚਲਾਉਣਾ ਟਰੈਕਟਰ ਓਕੇ ਅਤੇ ਗਾਈਜ਼ ਮੈਂ ਤਵੀਆਂ ਨਾਲ ਤਾਂ ਵਾਹਤਾ ਅਤੇ ਟਰੈਕਟਰ ਮੈਂ ਉਹ ਖੜਾਇਆ ਆਪਣੇ ਵਾਲਾ ਅਤੇ ਹੁਣ ਗੁਰੀ ਵੀਰ ਟਰੈਕਟਰ ਚੱਕਦੇ ਹਾਂ ਅਤੇ ਉਹਦੇ ਨਾਲ ਸਾਗਾ ਮਾਰਦੇ ਹਾਂ ਫਿਰ ਇੱਕ ਵਾਰ ਹਾਲਾ ਨਾਲ ਵਾਹ ਕੇ ਅਤੇ ਫਿਰ ਘੇਰੇ ਦਾ ਸਾਗਾ ਮਾਰ ਕੇ ਅਤੇ ਫਿਰ ਜ਼ਮੀਨ ਤਿਆਰ ਆ ਸ਼ਾਇਦ ਇਹ ਇਕੱਲਾ ਤਵੀਆਂ ਨਾਲ ਵਾਹ ਕੇ ਉੱਤੋਂ ਹੀ ਸਾਗੀ ਮਾਰਿਆ ਹੋਇਆਗਾ ਹਜੇ ਹਾਲਾ ਨਾਲ ਵਾਹ ਕੇ ਅਤੇ ਉੱਤੋਂ ਦੀ ਸ਼ਾਇਦ ਇੱਕ ਵਾਰ ਹੋਰ ਹਲ ਫੇਰਨੇ ਆ ਮੈਨੂੰ ਪੱਕਾ ਪਤਾ ਨਹੀਂ ਗਾ ਬਾਕੀ ਜ਼ਮੀਨ ਤਾਂ ਦੇਖੋ ਤੁਸੀਂ ਖਾਸੀ ਵਧੀਆ ਤਿਆਰ ਹੋ ਗਈ ਆਪਾਂ ਸਾਗਾ ਦਿੱਤਾ ਜੀ ਉੱਧਰ ਸਾਰਿਆਂ 'ਤੇ ਅਤੇ ਬਾਕੀ ਜ਼ਮੀਨ ਆਪਣੀ ਉੱਧਰ ਤਿਆਰ ਹੋ ਗਈ ਜਿਹੜੇ ਤਾਂ ਪੱਟਣੇ ਰਹਿ ਗਏ ਉਹ ਰਹਿ ਗਏ ਬਸ ਇਕੱਲੇ ਵਾਹਣੇ ਵੂਹਣੇ ਵੀ ਅਤੇ ਵਾਹ ਵੂਹ ਵੀ ਦਿੱਤਾ ਸਾਰਾ ਕੁਛ ਤਵੀਆਂ ਵੇਤੀ ਖੜੀਆਂ ਨੇ ਹਲ ਵੀ ਉਰੇ ਨੇ ਅਤੇ ਗਾਈਜ਼ ਇੱਧਰ ਹੋਲੀ ਬਾਇਸ ਤੁਸੀਂ ਦੇਖ ਸਕਦੇ ਹੋਗੇ ਮੈਂ ਤਾਂ ਸਾਫ਼ ਸੁਥਰਾ ਬੈਠਾਂਗਾ ਆਪਾਂ ਤਾਂ ਨਹਾ ਲਏ ਬਈ ਆਹ ਹੱਥਾਂ ਤੋਂ ਰੰਗ ਨਹੀਂ ਲਿਆ ਹੈਗਾ ਹਜੇ ਤਾਂ ਮੂੰਹ 'ਤੇ ਵੀ ਕਈ ਥਾਵੇਂ ਲੱਗਿਆ ਹੋਇਆ ਹੈਗਾ ਪਾਣੀ ਜਿੱਥੇ ਪੈ ਗਿਆ ਨਾ ਉਹ ਹਾਂ ਗੁਰੀ ਵੀਰੇ ਪਾਣੀ ਤਾਂ ਨਹੀਂ ਪੀਣਾ ਹੈ ਗੁਰੀ ਵੀਰੇ ਪਤਾ ਜਿੱਥੇ ਇੱਥੇ ਰੰਗ ਲੱਗ ਗਿਆ ਜਿਹਦੇ ਉੱਤੇ ਪਾਣੀ ਪੈ ਜਾਵੇ ਮੇਰੇ ਜਿੱਥੇ ਇੱਥੇ ਲਾਲ ਲੱਗਿਆ ਰੰਗ ਬਾ ਉੱਥੋਂ ਉੱਥੋਂ ਲਿਖਾ ਨੀ ਹੁਣ ਅਸੀਂ ਮਤਲਬ ਵੀ ਟਰਾਲੀ ਚਲਾਉਣ ਲੱਗਿਆ ਰੇਤ ਥੈਲੇ ਫਿਰ ਉਸ ਤੋਂ ਬਾਅਦ ਉਹ ਲੈ ਕੇ ਜਾਵਾਂ ਘਰੇ ਅਤੇ ਰੂਟਾਵੀਟਰ ਵਗੈਰਾ ਪਾ ਕੇ ਸਾਰੇ ਟਰੈਕਟਰਾਂ ਦੇ ਮਗਰ ਜਿਹੜਾ ਵੀ ਸੰਦ ਪਾਉਣੇ ਆ ਇੱਕ ਦੇ ਮਗਰ ਬੈੱਡ ਬਣਾਉਣ ਵਾਲੀ ਮਸ਼ੀਨ ਅਤੇ ਰੂਟਾਵੀਟਰ ਸਾਰਾ ਕੁਝ ਅਤੇ ਆਹ ਵੀ ਜਾਣੀ ਕਿ ਰੂਟਾਵੀਟਰ ਨਾਲ ਬਾਹਣਾ ਪਊਗਾ ਇੱਥੇ ਫਿਰ ਉਹ ਕਰਾਂਗੇ ਮੱਕੀ ਬੀਜਾਂਗੇ ਇੱਥੇ ਵੀ ਆਹ ਥੈਲੇ ਨੇ ਜੀ ਹਾਂ ਤੈਨੂੰ ਮੈਂ ਫੋਟੋਗ੍ਰਾਫੀ ਪੂਰੀ ਵਧੀਆ ਬਣਾ ਕੇ ਦਊਂਗਾ ਤੂੰ ਲਾ ਕੇ ਰੰਗਾ ਲੈ ਤੂੰ ਲਾ ਕੇ ਰੰਗਾ ਕਿੱਥੇ ਕਿੱਥੇ ਲਾਉਣੇ ਆ ਕਿਵੇਂ ਕਿਵੇਂ ਲਾਉਣੇ ਆ ਛੋਟੇ ਛੋਟੇ ਸਬਸਕ੍ਰਾਈਬਰਸ ਹੋਰ ਸੁਣਾ ਫਿਰ ਕੀ ਹਾਲ ਨੇ ਵਧੀਆ ਵੀਡੀਓ ਕਿਵੇਂ ਲਾ ਦਿੰਦੇ ਦੱਸ ਦੇ ਇੱਕ ਵਾਰ ਦੱਸ ਦੇ ਬੋਲਦਾ ਨੀ ਗਾ ਗਾਈਜ਼ ਹੁਣ ਆਪਾਂ ਆਏ ਹੋਏ ਸੀਗੇ ਹਨੀ ਕੋਲੇ ਅਤੇ ਇੱਥੇ ਇੱਕ ਟਰੈਕਟਰ ਦੀਆਂ ਲਾਈਟਾਂ ਫਿੱਟ ਕਰਨੀਆਂ ਸੀਗੀਆਂ ਫੜ ਦੇ ਤੁਹਾਨੂੰ ਮੈਂ ਦਿਖਾਉਂਦਾ ਕਿਹੜੀਆਂ ਲਾਈਟਾਂ ਫਿੱਟ ਕਰਨੀਆਂ ਨੇ ਆਹ ਬਾਈ ਨੇ ਆਪਣੇ ਵਾਂਗੂ ਜਾਣ ਕਿ ਜਿਵੇਂ ਆਪਾਂ ਲਾਈਆਂ ਸੀ ਨਾ ਨੇਮ ਲਿਖਾ ਕੇ ਲਿਆ ਗਾ ਬਾਈ ਅਤੇ ਇਹ ਫਿੱਟ ਕਰਨੀਆਂ ਨਹੀਂ ਆ ਇਹਦੇ ਜਿਹੜੀਆਂ ਪੁਰਾਣੀਆਂ ਲਾਈਟਾਂ ਸੀ ਖੜ ਦੇ ਤੁਹਾਨੂੰ ਮੈਂ ਦਿਖਾਉਂਦਾ ਗਾ ਪੁਰਾਣੀਆਂ ਲਾਈਟਾਂ ਸੀਗੀਆਂ ਅਤੇ ਇਹ ਖੋਲਤੀਆਂ ਅਤੇ ਹੁਣ ਉਹ ਵਾਲੀਆਂ ਫਿੱਟ ਕਰਨੀਆਂ ਨੇ ਇਹ ਜਿੱਦਾਂ ਮੈਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਾਂ ਪਹਿਲਾਂ ਫਿੱਟ ਕੀਤੀਆਂ ਸੀ ਅੰਦਰ ਬਾਸਲਾਂ ਲਾ ਕੇ ਅਤੇ ਉੱਦਾਂ ਹੀ ਫਿੱਟ ਹੋ ਜਾਣੀਆਂ ਨੇ ਇਹ ਅਤੇ ਬਸ ਇਹਨਾਂ ਨੂੰ ਕਰਦੇ ਹਾਂ ਫਿੱਟ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਲੁੱਕ ਚੈੱਕ ਕਰਾਉਂਦੇ ਹਾਂ ਅਤੇ ਲਾਈਟਾਂ ਫਿੱਟ ਹੋ ਗਈਆਂ ਜੀ ਤੁਸੀਂ ਦੇਖ ਸਕਦੇ ਹੋਗੇ ਅਤੇ ਦੇਖੋ ਸ਼ਹਿਰ ਹੀ ਰਾਣੂ ਬਾਈ ਦਾ ਨੇਮ ਹੈਗਾ ਅਤੇ ਬਾਈ ਦਾ ਹੀ ਡਾਇਰੈਕਟਰ ਆ ਆਪਣੇ ਚੈਨਲ 'ਤੇ ਫੁੱਲ ਵੀਡੀਓ ਪਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਪੁਰਾਣੀ ਬਣਾਈ ਹੋਈ ਹੈਗੀ ਕਾਫੀ ਟਾਈਮ ਪਹਿਲਾਂ ਦੀ ਅਤੇ ਬਾਈ ਨੇ ਕੁਛ ਉਦੋਂ ਬਾਅਦ ਜ਼ਿਆਦਾ ਮੋਡੀਫਿਕੇਸ਼ਨ ਨਹੀਂ ਕਰਾਈ ਇੱਕ ਹੀ ਲਾਈਟਾਂ ਦੀ ਕਰਾਈ ਆ ਅਤੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਤੁਸੀਂ ਆਹ ਦੂਜੀਆਂ 'ਚ ਲਾਇਓ ਜੀ ਉਤਲੀਆਂ ਇੱਕ ਇਹ ਲੋ ਬੀਮ ਆ ਹਾਈ ਬੀਮ ਆਹ ਹਾਈ ਬੀਮ ਆ ਦੇਖੋ ਤੁਸੀਂ ਇੱਦਾਂ ਦੀਆਂ ਕੁਛ ਲਾਈਟਾਂ ਨੇ ਚਲੋ ਫਿਰ ਆਪਾਂ ਹੁਣ ਘਰ ਨੂੰ ਚੱਲਦੇ ਹਾਂ ਆਪਾਂ ਨਾ ਕਿਸੇ ਪਾਸੇ ਜਾਣਾ ਗਾ ਅਤੇ ਜਾ ਕੇ ਫਿਰ ਨਾ ਧੋ ਕੇ ਤਿਆਰ ਹੁੰਦੇ ਹਾਂ ਅਤੇ ਗਾਈਜ਼ ਮੈਂ ਹੋ ਗਿਆ ਸੀਗਾ ਰੈਡੀ ਤੁਸੀਂ ਦੇਖ ਸਕਦੇ ਹੋਗੇ ਅਤੇ ਵਾਚ ਵੀ ਮੈਨੂੰ ਇੰਨੀ ਸੋਹਣੀ ਲੱਗੀ ਕੁਛ ਅਤੇ ਐਨਕਾਂ ਵੀ ਕਿਉਂਕਿ ਐਨਕਾਂ ਰਾਤ ਨੂੰ ਲਾਉਣ ਲਈ ਨਹੀਂ ਹੈਗੀਆਂ ਮੈਂ ਉਈ ਲਾ ਲਈਆਂ ਮੈਂ ਕਿਹਾ ਗੱਡੀ 'ਚ ਹੀ ਬੈਠਣਾ ਗਾ ਆਪਾਂ ਕਿਹੜਾ ਗੱਡੀ ਚਲਾਉਣੀ ਆ ਡੈਡੀ ਆਉਣਗੇ ਡੈਡੀ ਚਲਾਉਣਗੇ ਗੱਡੀ ਅਤੇ ਪਹਿਲਾਂ ਤਾਂ ਮੈਂ ਜਾਣਾ ਸੀਗਾ ਅਤੇ ਫਿਰ ਕਹਿੰਦੇ ਹੁਣ ਲੇਟ ਹੋ ਗਏ ਥੋੜ੍ਹੇ ਆ ਫਿਰ ਡੈਡੀ ਵੀ ਆ ਗਏ ਡੈਡੀ ਕਹਿੰਦੇ ਮੈਂ ਵੀ ਰੈਡੀ ਹੋ ਜਾਣਾ ਵੀ ਆਪਾਂ ਸਾਰੀ ਚੱਲਦੇ ਹਾਂਗੇ ਅਤੇ ਚਲੋ ਫਿਰ ਆਪਾਂ ਪਾਰਟੀ 'ਤੇ ਜਾਣਾ ਇੱਕ 'ਤੇ ਅਤੇ ਆਹ ਲਾ ਦਿੰਦਾ ਯਾਰ ਇਹ ਨਹੀਂ ਵਧੀਆ ਲਾ ਦਈ ਦੋ ਮਿੰਟ ਨੂੰ ਲਾ ਹੀ ਦਈਏ ਅਤੇ ਘੜੀ ਤਾਂ ਆਈ ਮੈਂ ਲਾਤੀ ਹੁਣ ਨਹੀਂ ਵਧੀਆ ਵਧੀਆ ਨਹੀਂ ਲਾਦੀ ਸੀਗੀ ਅਤੇ ਹੁਣ ਸਹੀ ਆ ਦੇਖੋ ਸਹੀ ਲਾ ਦਾ ਨਾ ਅਤੇ ਸੈੱਟ ਆ ਕੰਮ ਅਤੇ ਬਸ ਹੁਣ ਫਿਰ ਐਨਕਾਂ ਲਾ ਦਾਂਗੇ ਗੱਡੀ 'ਚ ਲਾ ਦਾਂਗੇ ਅਤੇ ਬਾਕੀ ਚਲੋ ਫਿਰ ਹੁਣ ਫੋਟੋਆਂ ਫੋਟੋਆਂ ਖਿੱਚਦੇ ਹਾਂਗੇ ਲਾਈਟ ਲਾ ਕੇ ਬਾਹਰ ਆਪਣੇ ਗਾਈਜ਼ ਆਪਾਂ ਪਹੁੰਚ ਗਏ ਸੀਗੇ ਸੀ ਵਨ ਅੱਜ ਮੇਰੇ ਮਾਮਾ ਜੀ ਦੀ ਕੁੜੀ ਦਾ ਬਰਥਡੇ ਹੈਗਾ ਬਹੁਤ ਛੋਟੀ ਆ ਉਹ ਅਤੇ ਹੈ ਨਾ ਉਹਦਾ ਬਰਥਡੇ ਸੈਲੀਬ੍ਰੇਟ ਜਿਹਾ ਕਰਨਾ ਸੀਗਾ ਅਤੇ ਉਹ ਵੀ ਤੁਹਾਨੂੰ ਮੈਂ ਅੱਗੇ ਅੱਗੇ ਦਿਖਾਵਾਂਗੇ ਅਤੇ ਬਾਕੀ ਚਲੋ ਫਿਰ ਅੰਦਰ ਚੱਲਦੇ ਹਾਂ ਖਾਂਦੇ ਪੀਂਦੇ ਹਾਂ ਕੁਛ ਅਤੇ ਡਿਨਰ ਕਰਨ ਆਏ ਹਾਂ ਬੇਸਿਕਲੀ ਅਤੇ ਗਾਈਜ਼ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ ਜਾਣੀ ਕਿ ਡਿਨਰ ਕਰਨ ਲੱਗੇ ਹੋਏ ਆ ਸਾਰੇ ਆਪਦੇ ਆਪਦੇ ਗੱਲਾਂ 'ਚ ਮਸਤ ਨੇਗੇ ਦੇਖੋ
ਉਧਰ ਉਹ ਚੱਲੀ ਜਾ ਹਣਾ ਵਲੌਗ ਇਹਦਾ ਵਲੌਗ ਦੇਖ ਲੈ ਯਾਰ ਕੱਲ ਨੂੰ ਜਾ ਕੇ ਠੀਕ ਆ ਹਣਾ ਫਿਰ ਮੈਂ ਕਹਿੰਦਾ ਨਾ ਦੇਖਿਓ ਨਾ ਐ ਕਹਦਾ ਵੀ ਨਾ ਦੇਖਿਓ ਦੇਖ ਲਓ ਯਾਰ ਜਾ ਕੇ ਉੱਪਲ ਫੈਮਿਲੀ ਵਲੌਗਸ ਤੇ ਤੇ ਬਾਕੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕਰਨ ਲੱਗੇ ਡਿਨਰ ਆ ਦੇਖੋ ਸਾਰਾ ਸਮਾਨ ਆ ਚੁੱਕਿਆ ਡਿਨਰ ਵਾਲਾ ਤੇ ਗਾਈਜ਼ ਹੁਣ ਅਸੀਂ ਜਾਣੀ ਕਿ ਖਾ ਪੀ ਲਏ ਤੇ ਬਸ ਹੁਣ ਚੱਲਦੇ ਹਾਂ ਘਰ ਨੂੰ ਹਨਾ ਵੀ ਤੇ ਆਹ ਮੁੰਡਾ ਹੈਗਾ ਮੇਰੇ ਨਾਨਕਿਆਂ ਤੋਂ ਤੇ ਜਾਣੀ ਕਿ ਇਹ ਵੀ ਵਲੌਗ ਵਗੈਰਾ ਦੇਖਦਾ ਹੁੰਦਾ ਗਾ ਕਿਵੇਂ ਲਾ ਦਿੰਦੇ ਵਲੌਗ ਵਧੀਆ ਨੇ ਪੂਰੇ ਵਧੀਆ ਨੇ ਪੂਰੇ ਸਾਢੇ 11 12 ਵੱਜ ਜਾਣਗੇ ਲੇਟ ਹੋ ਜਾਣਗੇ ਤੇ ਓਕੇ ਫਿਰ ਮਿਲਦੇ ਹਾਂ ਤੁਹਾਨੂੰ।